ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸਾਨੂੰ ਬੜੀ ਖੁਸ਼ੀ ਹੋਈ ਸੀ ਜਦੋਂ ਪਤਾ ਲੱਗਿਆ ਕਿ 70 ਸਾਲ ਬਾਅਦ ਇੰਡੀਆ 'ਚੋਂ ਪਾਕਿਸਤਾਨ ਜਾਣ ਦਾ ਕੋਰੀਡੋਰ ਖੁੱਲ੍ਹੇਗਾ ਤਾਂ ਸਾਡੇ ਸਿੱਖ ਭਾਈਚਾਰੇ ਦੇ ਲੋਕ ਨਨਕਾਨਾ ਸਾਹਿਬ ਪਾਕਿਸਤਾਨ 'ਚ ਜਿਹੜਾ ਕਿ ਸਾਡੇ ਸਿੱਖ ਭਰਾਵਾਂ ਦਾ ਮੱਕਾ ਹੈ ਉੱਥੇ ਜਾ ਕੇ ਉਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਤੇ ਜਾ ਕੇ ਉੱਥੇ ਗੁਰਦੁਆਰੇ ਨਤਮਸਤਕ ਹੋਣਗੇ ਅਤੇ ਉੱਥੇ ਦਰਸ਼ਨ ਕਰਕੇ ਆਉਣਗੇ ਅਤੇ ਇਸੇ ਤਰ੍ਹਾਂ ਸਿਲਸਿਲਾ ਚੱਲਦੇ ਆ ਰਿਹਾ ਸੀਗਾ ਖੁਸ਼ੀ ਨਾਲ ਸਾਰੇ ਗਦਗਦ ਹੋ ਰਹੇ ਸੀ ਅਤੇ ਆ ਜੁਮੇ 'ਚ ਜੋ ਪਤਾ ਲੱਗਿਆ ਬੜਾ ਹੀ ਦਿਲ ਦੁਖਿਆ ਬੜਾ ਹੀ ਗੁੱਸਾ ਵੀ ਆਇਆ ਕਿ ਜਦੋਂ ਕੁਛ ਮੁਸਲਮਾਨ ਮੈਂ ਉਹਨਾਂ ਨੂੰ ਮੁਸਲਮਾਨ ਵੀ ਨਹੀਂ ਕਹੂੰਗਾ ਕਿਉਂਕਿ ਮੁਸਲਿਮ ਧਰਮ ਹਮੇਸ਼ਾ ਹੀ ਸ਼ਾਂਤੀ ਪ੍ਰੀਏ ਰਿਹਾ ਹੈ ਕਿਸੇ ਦਾ ਨੁਕਸਾਨ ਨਹੀਂ ਚਾਹੁੰਦਾ ਉਹ ਜਿਹੜੇ ਕੁਛ ਸ਼ਰਾਰਤੀ ਅਨਸਰ ਸੀ ਉਹਨਾਂ ਨਾਲ ਆਪਸ ਦਾ ਕੋਈ ਮਲਾਲ ਸੀਗਾ ਉਹਨਾਂ ਨੇ ਇਕੱਠੇ ਹੋ ਕੇ ਜੁਮੇ ਦੇ ਵਿੱਚ ਜੁਮੇ ਦੀ ਨਮਾਜ਼ ਤੋਂ ਬਾਅਦ ਉੱਥੇ ਜਿਹੜੇ ਸਾਡੇ ਸਿੱਖ ਭਰਾ ਉੱਥੇ ਦਰਸ਼ਨ ਕਰਨ ਗਏ ਸੀ ਨਨਕਾਨਾ ਸਾਹਿਬ ਦੇ ਉਹਨਾਂ 'ਤੇ ਪਥਰਾਵ ਕੀਤਾ ਉਹਨਾਂ ਨੂੰ ਬੜੇ ਅਪਸ਼ਬਦ ਬੋਲੇ ਉਹਨਾਂ ਨੂੰ ਇੱਥੋਂ ਤੱਕ ਕਿਹਾ ਗਿਆ ਕਿ ਤੁਸੀਂ ਵਾਪਸ ਭਾਰਤ ਚਲੇ ਜਾਓ ਤੁਹਾਡਾ ਇੱਥੇ ਕੋਈ ਕੰਮ ਨਹੀਂ ਹੱਦ ਤਾਂ ਉਦੋਂ ਹੋ ਗਈ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਨਨਕਾਨਾ ਸਾਹਿਬ ਦਾ ਜਿਹੜਾ ਜਗ੍ਹਾ ਦਾ ਨਾਮ ਹੈ ਉਹਨੂੰ ਬਦਲ ਕੇ ਅਸੀਂ ਗੁਲਾਮੇ ਮੁਸਤਫਾ ਰੱਖ ਦੇਣਾ ਇਹ ਬਿਲਕੁਲ ਹੀ ਗਲਤ ਅਤੇ ਨਿੰਦਨਯੋਗ ਗੱਲ ਹੈ ਅਤੇ ਅਸੀਂ ਮੋਗੇ ਜ਼ਿਲ੍ਹੇ ਦੇ ਸਾਰੇ ਮੁਸਲਮਾਨ ਭਾਈ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਅਤੇ ਨਾਲ ਹੀ ਨਾਲ ਅਸੀਂ ਆਪਦੇ ਸਿੱਖ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਭਰਾਵੋ ਸਾਡੇ ਲਈ ਵੀ ਇਹ ਸ਼ਰਮਿੰਦਗੀ ਵਾਲੀ ਗੱਲ ਹੈ ਪਰ ਜਿਵੇਂ ਜਿਵੇਂ ਸ਼ਾਮ ਹੋਈ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਉਹ ਸ਼ਰਾਰਤੀ ਅਨਸਰ ਸੀ ਉਹ ਮੀਡੀਆ ਵਿੱਚ ਆ ਕੇ ਉਹਨੇ ਸਾਰੇ ਸਿੱਖ ਭਰਾਵਾਂ ਤੋਂ ਸਾਰੇ ਇੰਡੀਆ 'ਚੋਂ ਜਾਣ ਵਾਲੇ ਸ਼ਰਧਾਲੂਆਂ ਤੋਂ ਉਹਨਾਂ ਨੇ ਮਾਫ਼ੀ ਮੰਗੀ ਹਾਲਾਂਕਿ ਇਹ ਮਾਫ਼ੀ ਕਰਨ ਯੋਗ ਕੋਈ ਗੱਲ ਨਹੀਂ ਪਰ ਅਸੀਂ ਅੱਜ ਮੋਗਾ ਨੂਰੇ ਇਲਾਹੀ ਮਸਜਿਦ ਵਿੱਚ ਇਕੱਠੇ ਹੋ ਕੇ ਮੀਟਿੰਗ ਕੀਤੀ ਆ ਅਤੇ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਰਾਬਤਾ ਕਾਇਮ ਕਰਨ ਦੀ ਅਪੀਲ ਕਰਦੇ ਹਾਂ ਅਤੇ ਜਿਹੜੇ ਸੰਦਿਗਧ ਲੋਕਾਂ ਨੇ ਇਹ ਜਿਹੜੀ ਕਾਰਵਾਈ ਕੀਤੀ ਹੈ ਭਾਵੇਂ ਉਹਨਾਂ ਨੇ ਮਾਫ਼ੀ ਮੰਗ ਲਈ ਹੈ ਪਰ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਉੱਥੋਂ ਦੀ ਪਾਕਿਸਤਾਨ ਦੀ ਸਰਕਾਰ ਨੂੰ ਸਾਡੇ ਨਾਲ ਮਿਲ ਕੇ ਜੁਲ ਕੇ ਇਹ ਗੱਲ ਦਾ ਵੀ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਜਿੰਨੇ ਸਾਡੇ ਸ਼ਰਨਾਰਥੀ ਉੱਥੇ ਜਾ ਰਹੇ ਆ ਉਹਨਾਂ ਦੀ ਜਾਨ ਦੀ ਅਤੇ ਉਹਨਾਂ ਦੇ ਮਾਲ ਦੀ ਉਹਨਾਂ ਦੀ ਹਿਫਾਜ਼ਤ ਦੀ ਉਹ ਪੂਰੀ ਜ਼ਿੰਮੇਵਾਰੀ ਲੈਂਦੇ ਹੈ ਇਸੇ ਕਰਕੇ ਨਾਲ ਦੀ ਨਾਲ ਮੈਂ ਸ਼ੋਪੁਰ ਵਿੱਚ ਜੋ ਇਹ ਹਿੰਸਾ ਵਾਲੀ ਗੱਲ ਹੋਈ ਹੈ ਜਿੱਥੇ ਸਾਡੇ ਸਿੱਖ ਭਰਾਵਾਂ ਦੇ ਕੁਛ ਸ਼ਰਾਰਤੀ ਅਨਸਰਾਂ ਨੇ ਘਰ ਢਾ ਦਿੱਤੇ ਗਏ ਉਹਨਾਂ ਦੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਉਹਦੀ ਵੀ ਮੈਂ ਪੁਰਜ਼ੋਰ ਨਿੰਦਿਆ ਕਰਦਾ ਅਤੇ ਗੌਰਮੈਂਟ ਨੂੰ ਅਪੀਲ ਕਰਦਾ ਕਿ ਉਸ ਉੱਥੇ ਵੀ ਜਿੰਨੇ ਵੀ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਅਗੇਂਸਟ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅੱਜ ਅਸੀਂ ਆਖਿਰ ਵਿੱਚ ਮੋਗਾ ਮਸਜਿਦ ਵਿੱਚ ਅਸੀਂ ਸਾਰੇ ਮੁਸਲਿਮ ਭਾਈਚਾਰੇ ਨੇ ਦੁਆ ਕੀਤੀ ਹੈ ਕਿ ਸਾਨੂੰ ਸਭ ਭਾਈਚਾਰਿਆਂ ਨੂੰ ਚਾਹੇ ਉਹ ਸਿੱਖ ਹੋਣ ਚਾਹੇ ਹਿੰਦੂ ਹੋਣ ਚਾਹੇ ਕ੍ਰਿਸਚਨ ਹੋਣ ਕੋਈ ਵੀ ਭਾਈਚਾਰੇ ਦਾ ਬੰਦਾ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਅਤੇ ਇਹੋ ਜਿਹੇ ਸ਼ਰਾਰਤੀ ਅਨਸਰਾਂ ਦੇ ਮਗਰ ਲੱਗ ਕੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਕੋਈ ਗਲਤ ਕਾਰਵਾਈ ਨਹੀਂ ਕਰਨੀ ਚਾਹੀਦੀ ਅਸੀਂ ਫਿਰ ਤੋਂ ਇੱਕ ਵਾਰੀ ਸਾਰੇ ਮੀਡੀਆ ਦੇ ਧੰਨਵਾਦੀ ਹਾਂ ਅਤੇ ਨਾਲ ਦੀ ਨਾਲ ਤੁਹਾਨੂੰ ਬੇਨਤੀ ਹੈ ਕਿ ਸਾਡੀ ਇਹ ਗੱਲ ਦੀ ਜ਼ਰੂਰ ਸਾਡੀ ਅਪੀਲ ਨੂੰ ਸਾਡੇ ਪ੍ਰਧਾਨ ਮੰਤਰੀ ਤੱਕ ਪਹੁੰਚਾ ਦਿਓ ਬਹੁਤ ਬਹੁਤ ਮਿਹਰਬਾਨੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਦੇਖੋ ਇਹ ਜੁਮੇ ਦੇ ਦਿਨ ਜਿਹੜੀ ਪਾਕਿਸਤਾਨ ਦੇ ਵਿੱਚ ਘਟਨਾ ਹੋਈ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਕਹਿੰਦਾ ਮੈਂ ਇੰਨਾ ਮਨਸੂਖ ਸਜਾ ਹੈਗਾ ਵਾ ਉਹਨੇ ਨਨਕਾਣਾ ਸਾਹਿਬ ਉੱਤੇ ਉੱਥੇ ਧਰਨਾ ਦਿੱਤਾ ਅਤੇ ਪਥਰਾਵ ਕੀਤਾ ਬਹੁਤ ਹੀ ਨਿੰਦਣਯੋਗ ਗੱਲ ਹੈਗੀ ਹੈ ਅਸੀਂ ਇਹਦਾ ਮੁਸਲਮਾਨ ਭਾਈਚਾਰਾ ਮੁਸਲਿਮ ਮੋਗੇ ਤੋਂ ਇਹਦਾ ਪੁਰਜੋ ਵਿਰੋਧ ਕਰਦੇ ਹਾਂ ਉਸ ਬੰਦੇ ਦਾ ਆਪਦਾ ਕੋਈ ਨਿੱਜੀ ਮਸਲਾ ਸੀ ਜਿਨ੍ਹਾਂ ਨੂੰ ਉਹਨਾਂ ਨੇ ਭੜਕਾ ਕੇ ਇਹਨੂੰ ਧਾਰਮਿਕ ਇੱਕ ਮਸਲਾ ਬਣਾ ਦਿੱਤਾ ਗਿਆ ਵਾ ਇਹ ਬਹੁਤ ਹੀ ਗਲਤ ਗੱਲ ਹੋਈ ਹੈ ਨਨਕਾਣਾ ਸਾਹਿਬ ਉੱਤੇ ਜਿਹੜਾ ਉਹਨਾਂ ਪਥਰਾਵ ਕੀਤਾ ਵਾ ਅਤੇ ਅਸੀਂ ਇਹਦਾ ਪੁਰਜੋ ਵਿਰੋਧ ਕਰਦੇ ਹਾਂ ਕਿਉਂਕਿ ਦੇਖੋ ਜੀ ਹਰ ਇੱਕ ਧਰਮ ਦੇ ਵਿੱਚ ਇਜਾਜ਼ਤ ਆ ਆਪਾਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿ ਸਕਦੇ ਧਰਮ ਇਹੀ ਚੀਜ਼ ਸਿਖਾਉਂਦਾ ਵੀ ਹਰ ਇੱਕ ਧਰਮ ਦੀ ਇੱਜ਼ਤ
ਕਰਨੀ ਚਾਹੀਦੀ ਆਪਾਂ ਨੂੰ। ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ, ਆਪਾਂ ਨੂੰ ਕਿਸੇ ਵੀ ਧਰਮ ਨਾਲ ਬੈਰ ਨਹੀਂ ਰੱਖਣਾ ਚਾਹੀਦਾ। ਇੱਥੇ ਆਪਣੇ ਹਿੰਦੁਸਤਾਨ ਦੇ ਵਿੱਚ ਹਿੰਦੂ ਮੁਸਲਿਮ ਸਿੱਖ ਇਸਾਈ ਭਾਈਚਾਰਾ ਹਮੇਸ਼ਾ ਐਂ ਕਾਇਮ ਰਹਿਣਾ ਚਾਹੀਦਾ। ਅਸੀਂ ਉਹਦਾ ਜੋ ਵਿਰੋਧ ਕਰਦੇ ਹਾਂ ਤਾਂ ਪਾਕਿਸਤਾਨ ਦੇ ਜਿਹੜਾ ਉੱਥੋਂ ਦਾ ਗਵਰਨਰ ਹੈਗਾ ਵਾ ਜਾਂ ਉੱਥੋਂ ਦਾ ਪ੍ਰਧਾਨ ਮੰਤਰੀ, ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਬੰਦਿਆਂ ਨੇ ਮਾਫ਼ੀ ਤਾਂ ਮੰਗ ਲਈ ਹੈ, ਪਰ ਇਹਨਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਧੰਨਵਾਦ।